ਆ ਮੇਰੇ ਕੋਲ ਤਿੰਨ ਗਲਾਸ ਆ ਦੋ ਖਾਲੀ ਇੱਕ ਅੱਧਾ ਭਰਿਆ ਇਹਦੇ ਬਾਰੇ ਤੁਹਾਨੂੰ ਦੱਸਾਂਗੇ ਵੀਡੀਓ ਦੇ ਅੱਗੇ ਕਿ ਇਹ ਤਿੰਨ ਗਲਾਸ ਕਿਉਂ ਲੈ ਆ ਜਿੱਚੋ ਇੱਕ ਜਿਹੜਾ ਅੱਧਾ ਭਰਿਆ ਪਿਆ ਤੇ ਦੋ ਖਾਲੀ ਆ ਗੱਲ ਹੈਗੀ ਆ ਸਿੱਧੀ ਵੀ ਇਹ ਵੀਡੀਓ ਵਿਊਜ਼ ਲੈਣ ਨੂੰ ਨਹੀਂ ਬਣਾਈ ਆਪਾਂ 5 7 10 ਜਣਿਆਂ ਦੇ ਦਿਮਾਗ ਵਿੱਚ ਵੀ ਜੇ ਇਹ ਗੱਲ ਮੇਰੀ ਪੈ ਗਈ ਸਮਝੋ ਮੇਰੀ ਵੀਡੀਓ ਬਣਾਈ ਸਫਲ ਹੋ ਗਈ ਬਿਸਲੇਰੀ ਦੀ ਇੱਕ ਪਾਣੀ ਦੀ ਬੋਤਲ 20 ਰੁਪਏ ਦੀ ਆਉਂਦੀ ਆ ਆਪਾਂ 10 ਰੁਪਏ ਵੀ ਮੁੱਲ ਲਾ ਲਈਏ ਇੱਕ ਬੋਤਲ ਦਾ ਅਸੀਂ 1 ਕਿਲੋ ਝੋਨਾ ਪੈਦਾ ਕਰਨ ਤੇ 40000 ਲੀਟਰ ਪਾਣੀ ਖਤਮ ਕਰਤਾ ਇਹ ਪਾਣੀ 10 ਰੁਪਏ ਦੇ ਹਿਸਾਬ ਨਾਲ ਵੀ ਲਈਏ ਤਾਂ ਦੱਸੋ ਕਿੰਨਾ ਪੈਸਾ ਬਣਿਆ ਤੇ ਪਾਣੀ ਖਤਮ ਕੀਤਾ ਕਿਸ ਲਈ ਜਿਹੜਾ ਝੋਨਾ ਚੌਲ ਅਸੀਂ ਹਫਤੇ ਬਾਅਦ ਖਾਣੇ ਹੁੰਦੇ ਆ ਕਿਸਾਨ ਨੂੰ ਧਰਤੀ ਹੇਠਲੇ ਪਾਣੀ ਨੂੰ ਖਤਮ ਕਰਨ ਦਾ ਵੱਡਾ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਅੱਜ ਤੱਥਾਂ ਸਹਿਤ ਦੱਸਾਂਗੇ ਕਿ ਸੱਚਮੁੱਚ ਇਸ ਵਿੱਚ ਕਿਸਾਨ ਦਾ ਕਸੂਰ ਹੈ ਵੀ ਕਿ ਬਸ ਕਿਸਾਨ ਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ ਹੈ ਤੁਹਾਡੇ ਹੱਥ ਆ ਮੋਬਾਈਲ ਫੜਿਆ ਤੁਹਾਨੂੰ ਪਤਾ ਇੱਕ ਮੋਬਾਈਲ ਤਿਆਰ ਹੋਣ ਵਿੱਚ ਘੱਟੋ ਘੱਟ 13000 ਲੀਟਰ ਪਾਣੀ ਵਰਤਿਆ ਜਾਂਦਾ ਹੈ ਹੋਰ ਆਈਫੋਨ ਐਵੇਂ ਥੋੜੀ ਡੇਢ-ਡੇਢ ਲੱਖ ਦਾ ਵਿਕਦਾ ਅਗਲੇ ਪਾਣੀ ਦਾ ਮੁੱਲ ਜੋੜਦਿਆਂ ਨਾਲ ਤੇ ਸਾਡਾ ਪਾਣੀ ਮੁਫਤੋਂ ਮੁਫਤੀ ਲੁੱਟਿਆ ਜਾ ਰਿਹਾ ਹੈ ਕਿੰਜ ਇੱਕ ਵੱਡੀ ਸਾਜ਼ਿਸ਼ ਖੇਡੀ ਗਈ ਕਿਵੇਂ ਸਾਡੇ ਬਜ਼ੁਰਗ ਤੇ ਪਿਓ ਏਸ ਸਾਜ਼ਿਸ਼ ਦਾ ਸ਼ਿਕਾਰ ਹੋਏ ਕਿੰਜ ਇਹ ਸਾਜ਼ਿਸ਼ ਸਾਡੇ ਭਵਿੱਖ ਦੀ ਕਾਤਲ ਬਣ ਗਈ ਸਾਰਾ ਕੁਝ ਇਸ ਵੀਡੀਓ ਵਿੱਚ ਦੱਸਾਂਗੇ ਖਬਰ ਆਈ ਵੀ ਪੰਜਾਬ ਦੇ ਕੋਲ 17 ਸਾਲਾਂ ਦਾ ਪਾਣੀ ਬਚਿਆ ਇਹ ਤੋਂ ਬਾਅਦ ਪੰਜਾਬ ਰੇਗਿਸਤਾਨ ਬਣ ਜਾਣਾ ਆਈਟੀਆਈ ਖੜਗਪੁਰ ਅਮਰੀਕਾ ਦੀ ਨਾਸਾ ਏਜੰਸੀ ਪੰਜਾਬ ਖੇਤੀਬਾੜੀ ਵਿਭਾਗ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਮੇਤ ਵੱਖ-ਵੱਖ ਸੰਸਥਾਵਾਂ ਵੱਲੋਂ ਕੀਤੇ ਗਏ ਅਧਿਐਨਾਂ ਅਨੁਸਾਰ ਪੰਜਾਬ ਬੜੀ ਤੇਜ਼ੀ ਨਾਲ ਰੇਗਿਸਤਾਨ ਬਣਨ ਵੱਲ ਵਧ ਰਿਹਾ ਹੈ ਕਹਿਣ ਨੂੰ ਤਾਂ ਇੱਕ ਖਬਰ ਹੀ ਹੈ ਪਰ ਸੋਚੋ ਜੇ ਖਬਰ ਸੱਚ ਹੋ ਗਈ ਫਿਰ ਜਿਹਦਾ ਨਾਮ ਹੀ ਪੰਜਾ ਪਾਣੀਆਂ ਤੇ ਪਿਆ ਹੋਵੇ ਉੱਥੇ ਪਾਣੀ ਹੀ ਨਾ ਬਚੇ ਤਾਂ ਕੀ ਕਰਾਂਗੇ ਪੰਜਾਬ ਵਿੱਚ ਪਾਣੀਆਂ ਦੀ ਸਿਆਸਤ ਸ਼ੁਰੂ ਤੋਂ ਚੱਲਦੀ ਰਹੀ ਹੈ ਪਰ ਇਸ ਸਿਆਸਤ ਨੇ ਨਾ ਤਾਂ ਹੁਣ ਤੱਕ ਪੰਜਾਬ ਬਚਾਇਆ ਤੇ ਨਾ ਹੀ ਪੰਜਾਬ ਦੇ ਪਾਣੀ ਪਰ ਅੱਜ ਅਸੀਂ ਉਸ ਥਾਂ ਖੜੇ ਆ ਜਿੱਥੇ ਭਵਿੱਖ ਵਿੱਚ ਸਾਡੇ ਕੋਲ ਪੈਸੇ ਬਹੁਤ ਹੋ ਸਕਦੇ ਆ ਪਰ ਜ਼ਿੰਦਗੀ ਨਹੀਂ ਹੋਣੀ ਕਿਉਂਕਿ ਪਾਣੀ ਨਹੀਂ ਹੋਣਾ ਗੁਰਬਾਣੀ ਨੂੰ ਮੰਨਣ ਵਾਲੇ ਲੋਕ ਆ ਆਪਾਂ ਗੁਰਬਾਣੀ ਦਾ ਫਰਮਾਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਤਮਾਹ ਪਾਣੀ ਨੂੰ ਪਿਤਾ ਦਾ ਦਰਜਾ ਮਿਲਿਆ ਇਸ ਧਰਤੀ ਤੇ ਜੀਵਨ ਹੀ ਪਾਣੀ ਕਰਕੇ ਹੈ ਤੇ ਦੁਨੀਆ ਭਰ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਅਗਲੀ ਤੀਜੀ ਜੰਗ ਪਾਣੀ ਕਰਕੇ ਹੋਣੀ ਹੈ ਪੰਜਾਬ ਦੀ ਧਰਤੀ ਐਸੀ ਜਿੱਥੇ ਫਸਲਾਂ ਵੀ ਉਗਦੀਆਂ ਤੇ ਸੂਰਮੇ ਵੀ ਅੱਜ ਹਾਲਾਤ ਇਹ ਬਣ ਗਏ ਇੱਥੇ ਫਸਲਾਂ ਉਗਾਉਣ ਨੂੰ ਤੇ ਨਸਲਾਂ ਉਗਾਉਣ ਨੂੰ ਟੀਕੇ ਤੇ ਦਵਾਈਆਂ ਦੀ ਲੋੜ ਪੈ ਗਈ ਆ ਪੰਜਾਬ ਦੇ ਪਾਣੀ ਖਤਮ ਹੋਣ ਪਿੱਛੇ ਇੱਕ ਵੱਡਾ ਕਾਰਨ ਇਹ ਮੰਨਿਆ ਜਾਂਦਾ ਵੀ ਪੰਜਾਬ ਦੇ ਕਿਸਾਨਾਂ ਨੇ ਝੋਨਾ ਬੀਜ ਕੇ ਪਾਣੀ ਖਤਮ ਕਰਤਾ ਇਸ ਗੱਲ ਵਿੱਚ ਕੋਈ ਦੋਰਾਵਾ ਨਹੀਂ ਕਿ ਇਹ ਇੱਕ ਸੱਚ ਹੈ ਪਰ ਇੱਕ ਅਧੂਰਾ ਸੱਚ ਹੈ ਥੋੜਾ ਪਿੱਛੇ ਲੈ ਕੇ ਚੱਲਦਾ ਸਾਡੇ ਬਾਪੂਆਂ ਦੀ ਜਵਾਨੀ ਦੇ ਸਮੇਂ ਜਦੋਂ ਪੰਜਾਬ ਵਿੱਚ ਹਰੀ ਕ੍ਰਾਂਤੀ ਨਾਮ ਦੀ ਇੱਕ ਬਲਾ ਲਿਆਂਦੀ ਗਈ ਜਿਸ ਅਧੀਨ ਪੰਜਾਬ ਵਿੱਚ ਸਪਰੇਹਾ ਖਾਦਾਂ ਹਾਈਬ੍ਰਿਡ ਬੀਜਾਂ ਸਮੇਤ ਝੋਨੇ ਦੀ ਖੇਤੀ ਸ਼ੁਰੂ ਕਰਾਈ ਗਈ ਤੇ ਮੁਨਾਫੇ ਵਾਲੀ ਫਸਲ ਦੱਸ ਕੇ ਪੰਜਾਬ ਦੇ ਕਿਸਾਨਾਂ ਨੂੰ ਝੋਨੇ 'ਚ ਐਸਾ ਉਲਝਾਇਆ ਕਿ ਹਫ਼ਤੇ 'ਚ ਇੱਕ ਦੋ ਵਾਰ ਚੌਲ ਖਾਣ ਵਾਲੇ ਪੰਜਾਬੀ ਬਾਹਰਲੇ ਰਾਜਾਂ ਨੂੰ ਚੌਲ ਖਵਾਉਣ ਦੇ ਮਾਰੇ ਆਪਣੀ ਧਰਤੀ ਹੇਠੋਂ ਪਾਣੀ ਖਤਮ ਕਰਨ ਤੁਰ ਪਏ ਨਤੀਜਾ ਤੁਹਾਡੇ ਸਾਹਮਣੇ ਹੈ ਪੰਜਾਬ ਨੂੰ ਖਤਮ ਕਰਨ ਦੀ ਸਾਜ਼ਿਸ਼ ਅਧੀਨ ਝੋਨੇ ਸਫੈਦੇ ਨੂੰ ਪੰਜਾਬ ਵਿੱਚ ਲਿਆਂਦਾ ਗਿਆ। ਇਸੇ ਹਰੀ ਕ੍ਰਾਂਤੀ ਦਾ ਨਤੀਜਾ ਦੇਖੋ ਕਿ ਅੱਜ ਪੰਜਾਬ ਦੀ ਧਰਤੀ ਖਾਦ ਸਪਰੇਅ ਬਿਨਾ ਕੋਈ ਫਸਲ ਨਹੀਂ ਉਗਾ ਸਕਦੀ। ਪੰਜਾਬ ਵਿੱਚ ਝੋਨੇ ਨਾਲ ਪਾਣੀ ਖਤਮ ਹੋਇਆ ਇਸ ਲਈ ਕਿਸਾਨ ਜ਼ਿੰਮੇਵਾਰ ਨੇ। ਪਰ ਇਸ ਗੱਲ ਦਾ ਪੂਰਾ ਸੱਚ ਇਹ ਹੈ ਵੀ ਕਿਸਾਨਾਂ ਨੂੰ ਸਿਰਫ ਮੋਹਰੇ ਬਣਾਇਆ ਗਿਆ। ਪਿੱਛੇ ਨੀਤੀ ਪੰਜਾਬ ਦਾ ਖਾਤਮਾ ਸੀ। ਪੰਜਾਬ ਨੇ ਦੇਸ਼ ਦੇ ਅੰਨ ਭੰਡਾਰ ਤਾਂ ਭਰ ਦਿੱਤੇ ਪਰ ਆਪਣਾ ਪਾਣੀ ਖਤਮ ਕਰਵਾ ਲਿਆ। ਪੰਜਾਬ ਨੇ ਦੇਸ਼ ਨੂੰ ਭੁੱਖਮਰੀ ਤੋਂ ਤਾਂ ਬਚਾ ਲਿਆ ਪਰ ਆਪਣੀ ਮਿੱਟੀ ਬਾਂਜ ਕਰਵਾ ਲਈ 1970 ਦੇ ਦਹਾਕੇ 'ਚ ਪੰਜਾਬ ਦੇ ਖੇਤਾਂ 'ਚ ਟਿਊਬਵੈੱਲ ਇੰਜਣ ਦਾ ਪਰਵੇਸ਼ ਹੋਇਆ ਇਸ ਦੇ ਨਾਲ ਹੀ ਧੜਾ ਧੜ ਬੋਰ ਹੋਣ ਲੱਗੇ ਹਰ ਛੋਟੇ ਵੱਡੇ ਕਿਸਾਨ ਨੇ ਮੋਟਰ ਲਵਾ ਲਈ ਜਿੱਥੇ ਬਿਜਲੀ ਨਾਲ ਧਰਤੀ ਹੇਠੋਂ ਪਾਣੀ ਖਿੱਚ ਕੇ ਫਸਲਾਂ ਪਾਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਥੋੜੇ ਸਮੇਂ ਬਾਅਦ ਇਹਨਾਂ ਮੋਟਰਾਂ ਦੀ ਹਾਰਸ ਪਾਵਰ ਵਧਾਈ ਜਾਣ ਲੱਗੀ ਫਿਰ ਮੋਨੋਬਲਾਕ ਮੋਟਰਾਂ ਦਾ ਯੋਗ ਆ ਗਿਆ ਧਰਤੀ ਹੇਠਲਾ ਪਾਣੀ ਜਦੋਂ ਤੇਜ਼ੀ ਨਾਲ ਨਿਕਲਣ ਲੱਗਾ ਤਾਂ ਸਵਰਸਿਬਲ ਮੋਟਰਾਂ ਦੀ ਆਮਦ ਹੋ ਗਈ ਅੱਜ ਤੁਸੀਂ ਦੱਸੋ ਤੁਹਾਡੇ ਖੂਹ ਤੇ ਮੋਟਰਾਂ ਕਿੰਨੇ ਫੁੱਟ ਡੂੰਘੀਆਂ ਆਪਾਂ ਹਰ ਸਾਲ ਟੋਟੇ ਪਾ ਕੇ ਹੋਰ ਮੋਟਰ ਨਹੀਂ ਵੀ ਕਰ ਲੈਣੀ ਆ ਪਰ ਪਾਣੀ ਕਿੰਨਾ ਕੁ ਮਿਲਣਾ ਥੱਲੇ ਇੱਕ ਨਾ ਇੱਕ ਦਿਨ ਤਾਂ ਖਤਮ ਹੋਣਾ ਹੀ ਆ ਫਿਰ ਕੀ ਕਰਾਂਗੇ ਖੇਤੀਬਾੜੀ ਯੂਨੀਵਰਸਿਟੀ ਦੇ ਪੁਰਾਣੇ ਅਫਸਰ ਦੱਸਦੇ ਸੀ ਵੀ ਸਾਨੂੰ ਹਰੀ ਕ੍ਰਾਂਤੀ ਦੇ ਸਮੇਂ ਸਰਕਾਰੀ ਹਦਾਇਤ ਮਿਲੀ ਸੀ ਵੀ ਚੋਰੀ-ਚੋਰੀ ਕਿਸਾਨਾਂ ਦੇ ਖੇਤਾਂ 'ਚ ਸਪਰੇਅ ਛਿੜਕੋ ਤੇ ਮਗਰੋਂ ਝਾੜ ਦਾ ਫਰਕ ਵਿਖਾ ਕੇ ਕਿਸਾਨਾਂ ਨੂੰ ਸਪਰੇਅਾਂ ਦੇ ਆਦੀ ਬਣਾਓ ਤੇ ਖੇਤੀਬਾੜੀ ਯੂਨੀਵਰਸਿਟੀ ਨੇ ਹੀ ਸਰਕਾਰੀ ਨੀਤੀ ਤਹਿਤ ਝੋਨਾ ਸਾਡੇ ਪੱਲੇ ਪਾਇਆ ਪਰ ਅੱਜ ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੁਣ ਖੇਤੀ ਮਹਿਕਮੇ ਨੂੰ ਇਹ ਹੁਕਮ ਕਿੱਥੋਂ ਮਿਲੇ ਇਹ ਤਾਂ ਪੁਰਾਣੇ ਅਫਸਰ ਜਾਂ ਕੋਈ ਪੰਜਾਬ ਹਿਤੈਸ਼ੀ ਹੀ ਦੱਸ ਸਕਦਾ ਸਰਦਾਰਾ ਸਿੰਘ ਜੋਲ ਦਾ ਨਾਮ ਪਤਾ ਹੀ ਹੋਣਾ ਤੁਹਾਨੂੰ ਇੱਕ ਵਾਰ ਕਿਤੇ ਕਿਸੇ ਕਿਸਾਨ ਮੇਲੇ ਤੇ ਉਹਨਾਂ ਕਿਸਾਨਾਂ ਨੂੰ ਕਿਹਾ ਵੀ ਝੋਨਾ ਲਾਉਣਾ ਬੰਦ ਕਰ ਦਿਓ ਕਿਸਾਨ ਕਹਿੰਦੇ ਵੀ ਫੇਰ ਕੀ ਲਾਈਏ ਜੋਲ ਸਾਹਿਬ ਕਹਿੰਦੇ ਵੀ ਜੋ ਪਾਣੀ ਖਤਮ ਹੋਣ ਤੇ ਲਾਓਗੇ ਉਹ ਹੁਣ ਲਾਉਣਾ ਸ਼ੁਰੂ ਕਰ ਦਿਓ ਹੁਣ ਤੁਸੀਂ ਕਹਿਣਾ ਵੀ ਕਿਸਾਨਾਂ ਪਿੱਛੇ ਪੈ ਗਿਆ ਨਹੀਂ ਕਿਸਾਨ ਪਾਣੀ ਦੇ ਖਾਤਮੇ ਦਾ ਇੱਕ ਪਹਿਲੂ ਆ ਪਰ ਇਸ ਪਿੱਛੇ ਵੱਡਾ ਕਾਰਨ ਕੁਝ ਹੋਰ ਆ ਉਹ ਕੀ ਅੱਗੇ ਸੁਣੋ ਪੰਜਾਬ ਦੇ ਪਾਣੀ ਦੇ ਖਾਤਮੇ ਦੀ ਸਾਜ਼ਿਸ਼ ਦਾ ਇੱਕ ਹੋਰ ਕਦਮ ਸੀ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਤੇ ਲੁੱਟ ਕੇ ਇਹ ਪਾਣੀ ਉਹਨਾਂ ਸੂਬਿਆਂ ਨੂੰ ਮੁਫਤ ਵਿੱਚ ਦੇਣਾ ਜਿਨ੍ਹਾਂ ਦਾ ਇਹਨਾਂ ਪਾਣੀਆਂ ਤੇ ਕੋਈ ਹੱਕ ਨਹੀਂ ਕੁਮੰਤਰੀ ਰਿਪੀਰੀਅਨ ਲਾ ਉਹਦੇ ਅਨੁਸਾਰ ਦਰਿਆਈ ਪਾਣੀ ਤੇ ਸਿਰਫ ਉਸ ਸੂਬੇ ਦਾ ਹੱਕ ਬਣਦਾ ਜਿਸ 'ਚੋਂ ਇਹ ਦਰਿਆ ਵਗਦੇ ਹੋਣ ਪੰਜਾਬ ਦੇ ਹਿੱਸੇ ਆਉਂਦੇ ਤਿੰਨ ਦਰਿਆਵਾਂ ਸਤਲੁਜ ਬਿਆਸ ਤੇ ਰਾਵੀ ਚੋਂ ਕੋਈ ਵੀ ਦਰਿਆ ਨਾ ਤਾਂ ਰਾਜਸਥਾਨ ਨਾ ਦਿੱਲੀ ਤੇ ਨਾ ਹਰਿਆਣੇ ਚੋਂ ਵਗਦਾ ਫਿਰ ਵੀ ੱੱੱਕੇ ਨਾਲ ਤਿੰਨ ਹਿੱਸੇ ਪਾਣੀ ਇਹਨਾਂ ਸੂਬਿਆਂ ਨੂੰ ਦਿੱਤਾ ਜਾ ਰਿਹਾ ਪੰਜਾਬ ਵਿੱਚ ਆਏ ਹੜਾਂ ਦੀ ਮਾਰ ਪੰਜਾਬ ਦੇ ਲੋਕਾਂ ਨੂੰ ਪੈਂਦੀ ਹੈ ਪਰ ਫਾਇਦਾ ਰਾਜਸਥਾਨ ਦਿੱਲੀ ਤੇ ਹਰਿਆਣੇ ਨੂੰ ਵੀ ਮਿਲਦਾ ਹੈ ਉਹ ਵੀ ਮੁਫਤੋ ਮੁਫਤੀ ਰਾਜਸਥਾਨ ਨੂੰ ਮਾਰਬਲ ਲਿਆਉਣਾ ਹੋਵੇ ਮਾਰਬਲ ਦੀ ਖਰੀਦ ਵੱਖਰੀ ਤੇ ਨਾਲ ਵੱਖਰਾ ਟੈਕਸ ਕੱਟ ਹੁੰਦਾ ਪਰ ਪੰਜਾਬ ਦਾ ਪਾਣੀ ਫ੍ਰੀ ਕਰਨਾਟਕ ਤਾਮਿਲਨਾਡੂ ਵਰਗੇ ਰਾਜਾਂ ਵਿੱਚ ਚੰਦਨ ਦੀ ਲੱਕੜੀ ਮਿਲਦੀ ਆ ਉਹ ਮੁਫਤ ਨਹੀਂ ਮਿਲਦੀ ਪਰ ਪੰਜਾਬ ਦਾ ਪਾਣੀ ਫ੍ਰੀ ਹੋਰ ਤਾਂ ਹੋਰ ਇਲੈਕਟ੍ਰੋਨਿਕ ਉਪਕਰਨ ਬਣਾਉਣ ਸਮੇਂ ਵੀ ਪਾਣੀ ਦੀ ਵਰਤੋਂ ਹੁੰਦੀ ਹੈ ਜਿਵੇਂ ਇੱਕ ਸਮਾਰਟਫੋਨ ਬਣਾਉਣ ਦੇ ਲਈ 13 ਤੋਂ 14000 ਲੀਟਰ ਪਾਣੀ ਲੱਗਦਾ ਜੇ ਤੁਸੀਂ ਇੱਕ ਸਮਾਰਟਫੋਨ ਨੂੰ 3 ਸਾਲਾਂ ਲਈ ਰੱਖਦੇ ਹੋ ਤਾਂ ਇਸ ਦੇ ਬਣਾਉਣ ਦੌਰਾਨ ਵਰਤੇ ਗਏ ਪਾਣੀ ਨੂੰ ਕਵਰ ਕਰਨ ਲਈ ਉਹਨਾਂ 3 ਸਾਲਾਂ ਵਿੱਚ ਹਰ ਦਿਨ 12 ਲੀਟਰ ਪਾਣੀ ਲੈਂਦਾ ਤੇ ਆਈਫੋਨ ਵਰਗੀਆਂ ਕੰਪਨੀਆਂ ਆਪਣੇ ਬਿੱਲ ਵਿੱਚ ਜਾ ਕਹੋ ਕਿ ਮੋਬਾਈਲ ਦੀ ਕੀਮਤ ਵਿੱਚ ਇਸ ਪਾਣੀ ਦੀ ਕੀਮਤ ਨੂੰ ਵੀ ਜੋੜ ਦਿਆਂ। ਦੱਸੋ ਪੰਜਾਬ ਦਾ ਪਾਣੀ ਫ੍ਰੀ ਕਿਸੇ ਨੂੰ ਦੇਈ ਚੱਲੋ? ਹੈ ਕੋਈ ਇਨਸਾਫ਼? ਆਹ ਪਾਣੀ ਦਾ ਗਲਾਸ ਆ। ਮੇਰੇ ਕੋਲ ਇੱਕ ਅੱਧਾ ਭਰਿਆ ਤੇ ਦੋ ਖਾਲੀ ਗਲਾਸ ਆ। ਹੁਣ ਇਹ ਦੋਵੇਂ ਖਾਲੀ ਗਲਾਸ ਵਾਲੇ ਕਹਿਣ ਵੀ ਸਾਡੇ ਗਲਾਸ ਵੀ ਪੂਰੇ ਭਰ। ਕੀ ਮੈਂ ਆਪਣੇ ਅੱਧੇ ਗਲਾਸ ਨਾਲ ਇਹ ਦੋਵੇਂ ਗਲਾਸ ਪੂਰੇ ਭਰ ਸਕਦਾ? ਮੇਰੇ ਕੋਲ ਪਾਣੀ ਇੰਨਾ ਹੈ ਨਹੀਂ ਵੀ ਆਪਣਾ ਗਲਾਸ ਪੂਰਾ ਭਰਾਂ। ਇਹ ਦੋਵੇਂ ਕਿਵੇਂ ਭਰਨਗੇ? ਬਸ ਇਹੀ ਹੈ ਸਾਰਾ ਰੋਲਾ। ਪੰਜਾਬ ਕੋਲ ਅੱਜ ਦੇ ਹਾਲਾਤਾਂ ਵਿੱਚ ਆਪਣੇ ਜੋਗਾ ਪੂਰਾ ਪਾਣੀ ਹੈ ਨਹੀਂ ਹੁਣ ਇਹਦੇ ਚ ਕੋਈ ਕਦੇ ਵੀ ਰਾਜਸਥਾਨ ਨੂੰ ਦੇ ਦਿਓ ਦਿੱਲੀ ਨੂੰ ਭੇਜੋ ਹਰਿਆਣੇ ਨੂੰ ਦਿਓ ਕੋਈ ਗੱਲ ਬਣਦੀ ਹੈ ਪੰਜਾਬ ਚ ਹਰ ਪਿੰਡ ਤੇ ਹਰ ਖੇਤ ਨੂੰ ਪਾਣੀ ਦੇਣ ਲਈ ਸੂਏ ਜਾਂ ਖਾਲ ਨਹੀਂ ਬਣਾਏ ਗਏ ਤੇ ਜਿੱਥੇ ਬਣੇ ਸੀ ਨਹਿਰੀ ਪਾਣੀ ਸਾਲਾਂ ਬੱਦੀ ਨਾ ਆਉਣ ਕਰਕੇ ਤੇ ਸਰਕਾਰੀ ਢਿੱਲ ਕਰਕੇ ਲੋਕਾਂ ਨੇ ਵਾਹ ਲੈ ਹੁਣ ਤਾਂ ਕਈ ਥਾਂ ਪਹਿਲੀਆਂ ਬਣੀਆਂ ਨਹਿਰਾਂ ਨੂੰ ਪੂਰ ਕੇ ਸੜਕਾਂ ਵੀ ਬਣਾ ਦਿੱਤੀਆਂ ਗਈਆਂ ਨੇ ਹੁਣ ਸੋਚੋ ਕਿ ਪੰਜਾਬ ਦਾ ਪਾਣੀ ਬਾਹਰਲੇ ਸੂਬਿਆਂ ਨੂੰ ਦੇ ਦਿੱਤਾ ਕਿਸਾਨ ਨੂੰ ਤੁਸੀਂ ਫਸਲ ਪਾਲਣ ਲਈ ਪਾਣੀ ਨਾ ਦਿੱਤਾ ਤਾਂ ਉਹ ਧਰਤੀ ਹੀ ਥੋ ਪਾਣੀ ਹੀ ਲਾਊਗਾ ਕਿ ਨਹੀਂ ਦੁਸ਼ਮਣ ਦੀ ਪੰਜਾਬ ਵਿਰੋਧੀ ਨੀਤੀ ਦੇਖੋ ਵੀ ਸਾਡੀ ਫਸਲ ਨਾਲ ਮੁਲਕ ਦਾ ਢਿੱਡ ਭਰ ਰਿਹਾ ਹੈ ਉਹ ਫਸਲ ਸਾਡੀ ਧਰਤੀ ਤੇ ਉਗਾ ਕੇ ਸਾਡੇ ਹੀ ਪਾਣੀ ਖਤਮ ਕਰਕੇ ਤੇ ਫੇਰ ਸਾਡੇ ਪਾਣੀ ਲੁੱਟ ਕੇ ਸਾਨੂੰ ਹੀ ਦੋਸ਼ੀ ਬਣਾਤਾ ਵੀ ਪੰਜਾਬ ਦੇ ਪਾਣੀ ਦੇ ਖਾਤਮੇ ਲਈ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਵਾ ਇਸ ਮਾਮਲੇ ਤੇ ਬਹੁਤ ਕੁਝ ਬੋਲਿਆ ਲਿਖਿਆ ਗਿਆ ਪਰ ਅਮਲ ਚ ਕੁਝ ਨਹੀਂ ਆਇਆ ਪੰਜਾਬ ਦਾ ਪਾਣੀ ਅਜੇ ਵੀ ਇਸ ਵੀਡੀਓ ਦੇ ਬਣਦੇ ਹੋਏ ਵੀ ਲੁੱਟਿਆ ਜਾ ਰਿਹਾ ਹੈ ਪਰ ਕੋਈ ਨਹੀਂ ਬੋਲਦਾ ਸਭ ਇੱਕੋ ਥਾਲੀ ਦੇ ਚੱਟੇ ਵੱਟੇ ਆ ਹੁਣ ਚੱਲੀਏ ਅੱਗੇ ਪਾਣੀ ਨਾਲ ਸੰਬੰਧਿਤ ਇੱਕ ਹੋਰ ਪਹਿਲੂ ਜਿਹੜਾ ਕੋਈ ਨਹੀਂ ਗੋਲਦਾ ਆ ਹੁਣੇ ਤੁਸੀਂ ਖਬਰਾਂ ਸੁਣੀਆਂ ਹੋਣਗੀਆਂ ਬੁੱਡੇ ਨਾਲੇ ਦੀਆਂ ਜਿਹੜਾ ਸਤਲੁਜ ਦੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਏਸੇ ਤਰ੍ਹਾਂ ਜੀਰਾ ਫੈਕਟਰੀ ਵਾਲਾ ਮਾਮਲਾ ਵੀ ਤੁਹਾਡੇ ਸਾਹਮਣੇ ਆਇਆ ਸੀ ਜਿੱਥੇ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋਇਆ ਲੋਕਾਂ ਦੀਆਂ ਮੌਤਾਂ ਹੋਈਆਂ ਤੇ ਲੋਕਾਂ ਨੇ ਮੋਰਚਾ ਲਾਇਆ ਪੰਜਾਬ ਵਿੱਚ ਐਸੀਆਂ ਫੈਕਟਰੀਆਂ ਤੇ ਉਦਯੋਗ ਨੇ ਜਿਹੜੇ ਇੱਕ ਤਾਂ ਪੰਜਾਬ ਦੇ ਉੱਪਰਲੇ ਯਾਨੀ ਨਦੀਆਂ ਨਹਿਰਾਂ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੇ ਜ਼ਿੰਮੇਵਾਰ ਨੇ ਉੱਥੇ ਹੀ ਧਰਤੀ ਹੇਠਲੇ ਪਾਣੀ ਨੂੰ ਵੀ ਗੰਦਾ ਕਰ ਰਹੇ ਨੇ ਇਹ ਉਦਯੋਗ ਕੈਮੀਕਲ ਵਾਲਾ ਤੇ ਪ੍ਰਦੂਸ਼ਿਤ ਪਾਣੀ ਜੋ ਫੈਕਟਰੀਆਂ ਦਾ ਵੇਸਟੇਜ ਹੁੰਦਾ ਉਹਨੂੰ ਆਪਣੇ ਬੋਰ ਕਰਕੇ ਸਿੱਧੇ ਧਰਤੀ ਹੇਠਾਂ ਸੁੱਟ ਰਹੇ ਨੇ ਪੰਜਾਬ ਦਾ ਬੁੱਢਾ ਨਾਲਾ ਕਾਲਾ ਸੰਘਿਆ ਡਰੇਨ ਇਸ ਦੀਆਂ ਉਦਾਹਰਣਾਂ ਨੇ ਹੋਰ ਵੀ ਪੰਜਾਬ ਵਿੱਚ ਅਜਿਹੀਆਂ ਕਈ ਨਹਿਰਾਂ ਨੇ ਜਿਹੜੀਆਂ ਹੁਣ ਨਹਿਰਾਂ ਨਹੀਂ ਨਾਲੇ ਬਣ ਗਈਆਂ ਕਿਉਂਕਿ ਇਹਨਾਂ ਵਿੱਚ ਗੰਦਾ ਪਾਣੀ ਸੁੱਟਿਆ ਜਾਂਦਾ ਜੋ ਨਾ ਤਾਂ ਪੀਣ ਯੋਗ ਹੈ ਤੇ ਨਾ ਹੀ ਵਾਹੀ ਯੋਗ ਪਰ ਕੋਈ ਵੀ ਪ੍ਰਦੂਸ਼ਣ ਕੰਟਰੋਲ ਬੋਰਡ ਕੋਈ ਵੀ ਸਰਕਾਰ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰਦੀ ਕਿਉਂਕਿ ਫੈਕਟਰੀਆਂ ਤੇ ਵੱਡੇ ਉਦਯੋਗਾਂ ਵੱਲੋਂ ਪੈਸਾ ਜੋ ਚੜਾਇਆ ਜਾਂਦਾ ਹੁਣ ਅੱਗੇ ਥੋੜੀ ਹੋਰ ਜਾਣਕਾਰੀ ਵੀ ਇਹ ਮਾਮਲੇ 'ਚ ਕੁਝ ਹੋਰ ਕਾਰਨ ਵੀ ਜ਼ਿੰਮੇਵਾਰ ਆ ਜਿਨ੍ਹਾਂ 'ਚ ਇੱਕ ਹੈ ਬਾਦਲ ਸਾਹਿਬ ਪਰ ਮੇਰੀ ਯਾਦ ਈ ਹੈ ਕਿ ਟੁੱਲੇ ਟੱਲੇ ਮਾਰਦੇ ਰਹਿੰਦੇ ਸੀ ਇਹ ਟੁੱਲੇ ਮਾਰ ਕੇ ਹੀ ਕੰਮ ਬਣ ਜਾਂਦਾ ਅਟੁੱਲੇ ਮਾਰ ਕੇ ਪੰਜਾਂ ਦਿਨਾਂ ਨੂੰ ਮੁੱਖ ਮੰਤਰੀ ਬਣ ਗਿਆ। ਮਤਲਬ ਵੱਡੇ ਬਾਦਲ ਸਾਹਿਬ ਵੱਲੋਂ ਮੋਟਰਾਂ ਦੀ ਕੀਤੀ ਗਈ ਮੁਫਤ ਬੱਤੀ। ਕਿਹੜਾ ਬਿੱਲ ਆਉਣਾ? ਲੁੱਟੋ ਨਿਆਰੇ। ਨਾ ਕਿਸੇ ਨੂੰ ਪਾਣੀ ਦੀ ਫਿਕਰ ਰਹੀ, ਨਾ ਬਿੱਲ ਦੇਣ ਦੀ। ਬਸ ਫੱਟੇ ਚੱਕ ਤੇ ਪਾਣੀ ਹੋ ਗਿਆ, ਡੂੰਗੇ। ਝੋਨਾ ਤਾਂ ਵੀ ਲਾਉਣਾ, ਲਾਉਣਾ ਹੀ ਲਾਉਣਾ। ਸਿਰਫ ਇੱਕ ਸਿਆਸੀ ਪਾਰਟੀ ਨੇ ਨਹੀਂ ਪੰਜਾਬ ਵਿੱਚ ਰਾਜ ਕਰਨ ਵਾਲੀ ਹਰ ਸਿਆਸੀ ਪਾਰਟੀ ਨੇ ਉਸ ਸਾਜ਼ਿਸ਼ ਵਿੱਚ ਸਾਥ ਦਿੱਤਾ ਹੈ ਜਿਸ ਅਧੀਨ ਪੰਜਾਬ ਨੂੰ ਬੰਜਰ ਬਣਾਉਣ ਦੀ ਖੇਡ ਖੇਡੀ ਜਾ ਰਹੀ ਹੈ। ਕਿਉਂਕਿ ਵੀਡੀਓ ਆਪਾਂ ਰਾਜਨੀਤਿਕ 카ਟੋਕਲੇਸ਼ ਵਾਲੀ ਨਹੀਂ ਬਣਾਉਣੀ ਸਿਆਸਤਦਾਨਾਂ ਦੀਆਂ ਚਲਾਕੀਆਂ ਤੁਸੀਂ ਇੰਟਰਨੈਟ ਤੇ ਆਪ ਹੀ ਦੇਖ ਲਿਓ ਖੋਜ ਕਰਕੇ ਬਿੱਲ ਬਿਨਾ ਮੋਟਰਾਂ ਨਹਿਰੀ ਪਾਣੀ ਦੀ ਲੁੱਟ ਫੈਕਟਰੀਆਂ ਵੱਲੋਂ ਪ੍ਰਦੂਸ਼ਿਤ ਕੀਤਾ ਜਾਣ ਵਾਲਾ ਪਾਣੀ ਪੰਜਾਬ ਦੀਆਂ ਸਾਰੀਆਂ ਸਰਕਾਰਾਂ ਦੀ ਗੱਦਾਰੀ ਦੁਸ਼ਮਣ ਦੀ ਨੀਤੀ ਸਾਡਾ ਲੋਕਾਂ ਦਾ ਪਾਣੀ ਪ੍ਰਤੀ ਅਵੇਸਲਾਪਨ ਕਿਸਾਨਾਂ ਵੱਲੋਂ ਮੁਨਾਫੇ ਦਾ ਲਾਲਚ ਸਾਡੀ ਸੋਚਣ ਸ਼ਕਤੀ ਦਾ ਛੋਟਾ ਘੇਰਾ ਪੰਜਾਬ ਵਿੱਚ ਬਣ ਰਹੇ ਹਾਈਵੇਜ਼ ਜਿਨ੍ਹਾਂ ਕਰਕੇ ਹੜਾਂ ਦੀ ਸਥਿਤੀ ਬਣਦੀ ਹੈ ਆਦ ਅਜਿਹੇ ਕਾਰਨ ਨੇ ਜੋ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਖਾਤਮੇ ਵਿੱਚ ਯੋਗਦਾਨ ਪਾਉਂਦੇ ਆ ਜੇ ਇਸ ਦਾ ਹਾਲ ਦੇਖਣਾ ਤਾਂ ਇੱਕ ਤਾਂ ਝੋਨੇ ਦੀ ਲਵਾਈ ਘਟਾਉਣੀ ਪਊਗੀ ਨਾਲ ਹੀ ਜੋ ਫਸਲਾਂ ਬਹੁਤ ਪਾਣੀ ਪੀਂਦੀਆਂ ਉਹ ਲਵਾਈ ਘਟੇ ਝੋਨੇ ਦੀ ਸਿੱਧੀ ਬੁਝਾਈ ਹੋਵੇ ਕਿਉਂਕਿ ਜਿਹੜਾ ਆਪਾਂ ਕੱਦੂ ਕਰਦੇ ਆ ਉਹ ਧਰਤੀ ਦੀ ਪੋਰ ਬੰਦ ਕਰ ਦਿੰਦਾ ਜਿਸ ਦੇ ਰਾਹੀਂ ਪਾਣੀ ਰੀਚਾਰਜ ਨਹੀਂ ਹੁੰਦਾ ਕਿਸਾਨਾਂ ਨੂੰ ਨਹਿਰੀ ਪਾਣੀ ਪੂਰਾ ਮਿਲੇ ਤੇ ਬਾਹਰਲੇ ਸੂਬਿਆਂ ਨੂੰ ਜਾਂਦਾ ਪਾਣੀ ਰੋਕਿਆ ਜਾਵੇ ਨਾਲ ਹੀ ਪਾਣੀ ਰੀਚਾਰਜ ਕਰਨ ਦਾ ਪ੍ਰਬੰਧ ਹੋਵੇ ਜੋ ਕਿ ਇਸ ਸਮੇਂ ਸਭ ਤੋਂ ਵੱਡੀ ਲੋੜ ਹੈ ਅੱਗੇ ਪਿੰਡਾਂ 'ਚ ਛੱਪੜ ਹੁੰਦੇ ਸੀ ਜਿਨ੍ਹਾਂ ਰਾਹੀਂ ਪਿੰਡ ਦਾ ਵਾਧੂ ਪਾਣੀ ਛੱਪੜਾਂ 'ਚ ਜਾਂਦਾ ਸੀ ਜਿੱਥੋਂ ਧਰਤੀ ਦੇ ਹੇਠਾਂ ਇਹ ਜੀਰਿਆ ਜਾਂਦਾ ਸੀ ਹੁਣ ਛੱਪੜ ਤਾਂ ਰਹੇ ਨਹੀਂ ਤੇ ਜਾਂ ਪੱਕੇ ਕਰਤੇ ਪਾਣੀ ਰੀਚਾਰਜ ਕਿੱਥੋਂ ਹੋਣਾ ਮੀਹਾਂ ਦਾ ਪਾਣੀ ਵੀ ਵਰਤੋਜੋਗ ਹੋ ਸਕਦਾ ਪਰ ਪ੍ਰਬੰਧ ਕੋਈ ਨਹੀਂ ਰੀਚਾਰਜ ਵੈਲ ਬਣਾ ਕੇ ਪਿੰਡਾਂ ਦਾ ਸੀਵਰੇਜ ਦਾ ਵਾਧੂ ਪਾਣੀ ਮੀਹਾਂ ਦਾ ਪਾਣੀ ਰੀਚਾਰਜ ਹੋ ਸਕਦਾ ਹੈ ਮੋਟਰਾਂ ਦੇ ਬਿੱਲ ਲੱਗਣ ਤਾਂ ਕਿ ਕਿਸਾਨ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇ ਤੇ ਬਿੱਲ ਦੇਣ ਦੀ ਫਿਕਰ ਬੜਾ ਕੁਝ ਹੈ ਇਸ ਮਾਮਲੇ ਤੇ ਪਰ ਲੋਕਾਂ ਵਿੱਚ ਸੁਹਿਰਤਾ ਹੈ ਨਹੀਂ ਕਿਸਾਨਾਂ ਤੇ ਫੈਕਟਰੀਆਂ ਮਾਲਕਾਂ ਦਾ ਲਾਲਚਾ ਸਾਡੀਆਂ ਆਪਣੀਆਂ ਸਰਕਾਰਾਂ ਦੀ ਨਲਾਇਕੀ ਤੇ ਬੇਰੁਖੀ ਤੇ ਦੁਸ਼ਮਣ ਦੀ ਦੁਸ਼ਮਣੀ ਕਿਹਨੂੰ ਕਿਹਨੂੰ ਦੋਸ਼ ਦਈਏ ਬੁੱਧੀਜੀਵੀਆਂ ਨੇ ਸੈਮੀਨਾਰ ਕਰਕੇ ਸਰਕਾਰਾਂ ਨੇ ਬਿਆਨ ਦੇ ਕੇ ਖੇਤੀ ਯੂਨੀਵਰਸਿਟੀਆਂ ਨੇ ਕਿਸਾਨ ਮੇਲੇ ਲਾ ਕੇ ਕਿਸਾਨ ਯੂਨੀਅਨਾਂ ਨੇ ਧਰਨੇ ਦੇ ਕੇ ਲੋਕਾਂ ਨੇ ਖਬਰਾਂ ਪੜ੍ਹ ਕੇ ਸਾਰ ਦੇਣਾ ਪਰ ਸਾਡੀਆਂ ਅਗਲੀਆਂ ਪੀੜ੍ਹੀਆਂ ਸਾਨੂੰ ਲਾਨਤਾ ਨਾ ਪਾਉਣ ਆਓ ਕੁਝ ਕਰੀਏ ਆਓ ਪੰਜਾਬ ਬਚਾਈਏ ਪੰਜਾਬ ਦਾ ਪਾਣੀ ਬਚਾਈਏ ਪੰਜਾਬ ਦਾ ਭਵਿੱਖ ਬਚਾਈਏ ਆਪਣੇ ਪਿਓ ਨੂੰ ਬਚਾਈਏ ਜ਼ਿੰਦਗੀਆਂ ਬਚਾਈਏ ਹੁਣ ਵੀਡੀਓ ਸ਼ੇਅਰ ਕਰਨ ਨੂੰ ਆਪਾਂ ਨਹੀਂ ਕਹਿਣਾ